ਅਸਲਾਮ ਅਲੈਕਮ ਜੀ ਸੋਹਣਿਓ, ਅਦਾਕਾਰਾ ਸੰਗੀਤਾ ਨੇ ਇੱਕ ਐਸਾ ਬਿਆਨ ਦਿੱਤਾ ਨਾ, ਯਕੀਨ ਮੰਨੋ ਕਿ ਮੇਰਾ ਤਾਂ ਬਈ ਦਿਲ ਖੁਸ਼ ਹੋ ਗਿਆ। ਬਲਕਿ ਤੁਸੀਂ ਸੁਣੋਗੇ ਨਾ ਉਹਦਾ ਬਿਆਨ, ਨਵਾਂ ਬਿਆਨ ਆਇਆ ਜੇ ਤੁਸੀਂ ਸੁਣੋਗੇ ਤਾਂ ਤੁਹਾਡਾ ਵੀ ਦਿਲ ਖੁਸ਼ ਹੋਗਾ, ਤੁਸੀਂ ਝੋਲੀਆਂ ਚੁੱਕ ਕੇ ਉਹਦੇ ਵਾਸਤੇ ਦੁਆ ਕਰੋਗੇ। ਉਹ ਕਿਹੜਾ ਬਿਆਨ ਹੈ, ਕਿਸ ਮੌਕੇ 'ਤੇ ਦਿੱਤਾ, ਕਿਉਂ ਦਿੱਤਾ ਅਤੇ ਕਿੰਨਾ ਵਾਸਤੇ ਦਿੱਤਾ? ਫਿਰ ਖਾਲੀ ਬਿਆਨ ਨਹੀਂ, ਉਹਦੇ 'ਤੇ ਉਹ ਅਮਲ ਵੀ ਕਰ ਰਹੀ ਹੈ। ਲਓ ਸਾਰੀ ਗੱਲਬਾਤ ਤੁਹਾਡੇ ਸਾਹਮਣੇ ਮੈਂ ਰੱਖਣਾ, ਫਿਰ ਤੁਸੀਂ ਕਮੈਂਟ ਬੋਕਸ ਵਿੱਚ ਦੱਸਣਾ ਕਿ ਵਾਕਈ ਉਹਨੇ ਇਹ ਕੰਮ ਠੀਕ ਕੀਤਾ ਜਾਂ ਗਲਤ ਕੀਤਾ, ਇਹ ਤੁਹਾਡੇ 'ਤੇ ਹੁਣ ਛੱਡਿਆ। ਅੱਛਾ ਅੱਜ ਸੋਹਣੇ, ਇਹ ਤਾਂ ਦੱਸੋ ਕਿ ਸਾਡੀ ਵੀਡੀਓ ਤੁਸੀਂ ਕਿਸ ਇਲਾਕੇ ਵਿੱਚ ਬਹਿ ਕੇ ਪਵੇਂਦੇ ਹੋ? ਉਸ ਇਲਾਕੇ ਦਾ, ਪਿੰਡ ਦਾ, ਸ਼ਹਿਰ ਦਾ, ਗਲੀ ਦਾ, ਮੁਹੱਲੇ ਦਾ, ਜਿਹੜਾ ਕੋਈ ਨਾਂ ਹੈ ਬਸਤੀ ਦਾ, ਕਮੈਂਟ ਬੋਕਸ ਵਿੱਚ ਤੁਸੀਂ ਜ਼ਰੂਰ ਲਿਖਣਾ, ਠੀਕ ਹੈ ਨਾ ਜੀ। ਅਦਾਕਾਰਾ ਸੰਗੀਤਾ ਨਾਲ ਅਦਾਕਾਰਾ ਵੀ ਅਤੇ ਹਦਾਇਤਕਾਰਾ ਵੀ ਬਹੁਤ ਵੱਡਾ ਨਾਂ ਹੋਇਆ, ਕੋਈ ਇੰਨਾ ਛੋਟਾ ਨਾਂ ਨਹੀਂ ਹੋਇਆ ਸੰਗੀਤਾ ਬੇਗਮ ਦਾ। ਐਜ਼ ਏ ਹੀਰੋਇਨ ਉਹਨਾਂ ਨੇ ਬੜੀਆਂ ਬੜੀਆਂ ਆਊਟ ਕਲਾਸ ਫਿਲਮਾਂ ਦਿੱਤੀਆਂ, ਫਿਰ ਐਜ਼ ਏ ਡਾਇਰੈਕਟਰ ਉਹਨਾਂ ਨੇ ਬੜੀਆਂ ਬੜੀਆਂ ਵਧੀਆ, ਇੱਕ ਅੱਛੇ ਮੌਜੂਆਤ 'ਤੇ ਉਹਨਾਂ ਨੇ ਫਿਲਮਾਂ ਬਣਾਈਆਂ ਅਤੇ ਤੁਸੀਂ ਸਭ ਨੇ ਉਹਨਾਂ ਨੂੰ ਬਹੁਤ ਪਸੰਦ ਕੀਤਾ। ਫਿਰ ਐਜ਼ ਏ ਡਾਇਰੈਕਟਰ ਉਹਨਾਂ ਨੇ ਟੀ ਵੀ ਸੀਰੀਅਲ ਵੀ ਕਾਫੀ ਬਣਾਏ, ਇਸ ਵੇਲੇ ਵੀ ਉਹ 2 ਟੀ ਵੀ ਸੀਰੀਅਲ ਬਣਾ ਰਹੇ ਨੇ ਜਿਨ੍ਹਾਂ ਦੀ ਇਸ ਵੇਲੇ ਧੁੰਮ ਹੈ ਪੂਰੇ ਪਾਕਿਸਤਾਨ ਕੀ ਹਿੰਦੁਸਤਾਨ 'ਚ ਵੀ ਧੁੰਮ ਹੈ ਉਹਨਾਂ ਦੀ। ਪਹਿਲੇ ਨੰਬਰ 'ਤੇ ਉਸ ਬਿਆਨ ਵੱਲ ਮੈਂ ਆਉਂਦਾ, ਉਹ ਬਿਆਨ ਤੁਹਾਨੂੰ ਸੁਣਾਉਣਾ ਵੀ ਆ, ਲੇਕਿਨ ਉਸ ਤੋਂ ਪਹਿਲੇ ਉਹਦਾ ਪਸ ਮੰਦਰ ਦੱਸਣਾ ਜਿਹੜਾ ਨਾ ਜ਼ਰੂਰੀ ਹੈ ਤਾਂ ਕਿ ਤੁਹਾਨੂੰ ਅਸਲ ਗੱਲ ਦਾ ਪਤਾ ਲੱਗ ਜੇ। ਡਰਾਮਾ ਉਹਨਾਂ ਨੇ ਬਣਾਇਆ ਫਿਲਮਾਂ 'ਤੇ ਜਿੱਥੇ ਐਜ਼ ਏ ਡਾਇਰੈਕਟਰ ਉਹਨਾਂ ਬਣੀਆਂ ਬਣਾਈਆਂ ਨੇ ਨਾ, ਲੇਕਿਨ ਅੱਜ ਕੱਲ੍ਹ ਤੁਹਾਨੂੰ ਪਤਾ ਇੰਡਸਟਰੀ ਜਿਹੜੀ ਉਹ ਬਹਿ ਗਈ ਹੈ, ਨਵੇਂ ਪ੍ਰੋਡਿਊਸਰ ਹੁਣ ਡਰਦੇ ਨੇ ਗਾਉਣ ਦੇ, ਪੈਸਾ ਹੀ ਬਹੁਤ ਚਾਹੀਦਾ ਅਗਰ ਮਿਆਰੀ ਫਿਲਮ ਬਣਾਉਣੀ ਹੈ ਤਾਂ। ਦੂਜੀਆਂ ਜਿਹੜੀਆਂ ਗੈਰ ਮਿਆਰੀ ਨੇ ਜਿਹੜੀਆਂ 5-7 ਲੱਖ ਵਿੱਚ ਬਣਦੀਆਂ ਨੇ, ਉਹ ਤੁਸੀਂ ਵਹਿੰਦੇ ਹੋ ਕੀ ਹਸ਼ਰ ਹੁੰਦਾ ਉਹਨਾਂ ਦਾ, 1 ਦਿਨ ਜਾਂ 2 ਦਿਨ ਆਵਾਮ ਪਰ ਮਾਰਦੀ। ਉਹ ਇਸ ਤਰ੍ਹਾਂ ਹੁੰਦਾ ਜਿਵੇਂ ਆਹ ਮੋਬਾਈਲ 'ਤੇ ਜਿਵੇਂ ਸ਼ੂਟ ਕੀਤੀਆਂ ਹੁੰਦੀਆਂ ਨਾ, ਤੁਰਦੇ ਫਿਰਦੇ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਨਾ ਕੀ ਲੈਣਾ ਸਭ ਨੂੰ ਪਤਾ। ਅੱਛਾ ਉਹ ਆ ਗਈ ਆ ਟੀ ਵੀ ਸੀਰੀਅਲ ਜਿਹੜੇ ਨੇ ਵੈਬ ਸੀਰੀਜ਼ ਉਹਨਾਂ ਵਾਲੇ ਪਾਸੇ, ਉਹਨਾਂ ਨੇ ਇੱਕ ਡਰਾਮਾ ਬਣਾ, ਹਾਲਾਂਕਿ ਤੁਹਾਨੂੰ ਇਹ ਵੀ ਦੱਸਦੇ ਜਾਈਏ ਕਿ ਉਹ ਕਰਾਚੀ ਸ਼ਹਿਰ ਵਿੱਚ ਰਹਿੰਦੀਆਂ ਨੇ, ਕਰਾਚੀ ਸ਼ਹਿਰ 'ਚ ਜਿੱਥੇ ਕਿ ਡਰਾਮਾ ਇੰਡਸਟਰੀ ਦਾ ਉਹ ਸਮਝੋ ਕਿ ਗਾੜੇ 99% ਡਰਾਮੇ, ਟੀ ਵੀ ਸੀਰੀਅਲ ਜਿੰਨੇ ਵੀ ਨੇ ਸਾਰੇ ਉੱਥੇ ਪੇ ਬਣਦੇ ਨੇ, ਬਲਕਿ ਫਿਲਮਾਂ ਵੀ ਬਹੁਤੀਆਂ ਹੁਣ ਤੇ ਉੱਥੇ ਪਈਆਂ ਬਣਦੀਆਂ। ਲੇਕਿਨ ਉਹ ਔਰਤ ਕਰਾਚੀ ਨੂੰ ਛੱਡ ਕੇ ਤੇ ਲਾਹੌਰ ਆਈ, ਡਰਾਮਾ ਬਣਾਇਆ ਬੁੱਲੇ ਸ਼ਾਹ, ਕੈਸਾ ਜ਼ਬਰਦਸਤ ਯਾਰ ਨਾਂ ਵੀ ਚੂਜ਼ ਕੀਤਾ, ਕਹਾਣੀ ਵੀ ਲਈ। ਹੁਣ ਬੁੱਲੇ ਸ਼ਾਹ ਵਾਲਾ ਉਹ ਕਰੈਕਟਰ ਗਾਲਬਨ ਸ਼ਾਹਿਦ ਸਾਹਿਬ ਨੂੰ ਜਿਹੜਾ ਉਹਨਾਂ ਨੇ ਦਿੱਤਾ, ਉਹ ਵੀ ਅਜੇ ਤਿਆਰ ਹੋ ਰਿਹਾ, ਆਏਗਾ ਨਾ ਤੁਸੀਂ ਵੇਖੋਗੇ ਕਿਤੇ ਕਮਾਲ। ਮੈਨੂੰ ਨਹੀਂ ਲੱਗਦਾ ਕਿ ਯਾਰ ਉਹ ਡਰਾਮਾ ਸੁਪਰਹਿਟ ਨਾ ਹੋਏ, ਕਿਉਂਕਿ ਅਜਿਹਾ ਡਰਾਮਾ ਅੱਗੇ ਅਜੇ ਤੱਕ ਨਹੀਂ ਬਣਿਆ। ਫਿਰ ਉਹ ਫਿਲਮ ਵਾਲੀਆਂ ਨੇ ਤਾਂ ਜ਼ਾਹਰੀ ਗੱਲ ਹੈ ਉਹਨਾਂ ਕਮਾਲ ਚੀਜ਼ ਬਣਾਈ ਹੋਣੀ, ਡਾਇਰੈਕਸ਼ਨ ਕਮਾਲ ਹੋਏਗੀ, ਲੋਕੇਸ਼ਨ, ਫਿਰ ਸਿਚੁਏਸ਼ਨਾਂ, ਫਿਰ ਉਹ ਸੈੱਟ ਹੈਂ ਕਮਾਲ ਹੋਣਗੇ, ਉਹ ਵੀ ਵੇਖਾਂਗੇ ਅਸੀਂ ਜਦੋਂ ਆਏਗਾ। ਅੱਛਾ ਇੱਕ ਤਾਂ ਉਹ ਬਣਾ ਰਹੀਆਂ ਨੇ ਲਾਹੌਰ ਵਿੱਚ ਆ ਕੇ, ਠੀਕ ਹੈ, ਕਰਾਚੀ ਨੂੰ ਛੱਡ ਕੇ, ਬਹੁਤ ਵੱਡੀ ਇੰਡਸਟਰੀ ਛੱਡ ਕੇ ਕਰਾਚੀ ਡੁੱਬੀ ਇੰਡਸਟਰੀ ਵਿੱਚ ਆ ਕੇ। ਦੂਸਰੇ ਨੰਬਰ 'ਤੇ ਉਹ ਡਰਾਮਾ ਸੀਰੀਅਲ ਬਣਾ, ਇੰਡੀਆ ਵਿੱਚ ਤੁਹਾਨੂੰ ਪਤਾ ਵੈਬ ਸੀਰੀਜ਼ ਇੱਕ ਚੱਲੀ ਨਾ, ਬਹੁਤ ਜ਼ਿਆਦਾ ਚੱਲੀ, ਹੀਰਾ ਮੰਡੀ ਉਹਦਾ ਨਾਂ, ਸੰਜੇ ਲੀਲਾ ਬੰਸਾਲੀ ਦੀ, ਹਾਲਾਂ ਹੀਰਾ ਮੰਡੀ ਲਾਹੌਰ ਵਿੱਚ ਹੈ, ਲੇਕਿਨ ਉਹਨਾਂ ਨੇ ਬਣਾਈ ਤਾਂ ਆਪਣੇ ਕੋਲੋਂ ਹੀ, ਉਹਨਾਂ ਨੇ ਅਜੀਬੋ ਗਰੀਬ ਜਨਾਬ ਵਾਲੀ ਉਹ ਲੋਕੇਸ਼ਨ ਆ ਵਿਖਾਵ ਹੋ ਕੇ ਨਾ, ਅਤੇ ਪਤਾ ਨਹੀਂ ਕਿੱਥੋਂ ਦੀ ਉਹ ਬਣਾ ਦਿੱਤੀ, ਲੇਕਿਨ ਉਹ ਰੁਪਈਆ ਲਾਇਆ ਉਹਨਾਂ ਨੇ ਤਾਂ ਉਹਨਾਂ ਕਮਾ ਵੀ ਲਿਆ। ਖੈਰ ਜਿਹੜੀ ਉੱਧਰ ਧੁੰਮ ਪਈ ਨਾ, ਉਸੇ ਚੀਜ਼ ਨੂੰ ਲੈ ਕੇ ਮੈਡਮ ਸੰਗੀਤਾ ਨੇ ਕੀ ਕੀਤਾ, ਬਤੌਰ ਹਦਾਇਤਕਾਰਾ ਉਹਨਾਂ ਨੇ
ਉਮਰਾਓ ਜਾਣਿਆ ਦਾ ਵੈਬ ਸੀਰੀਜ਼ ਸ਼ੁਰੂ ਕਰ ਲਈ। ਹੁਣ ਇਹ ਬਣ ਰਹੀ ਹੈ ਹਾਈ ਕਲਾਸ ਦੇ ਉਹ ਕੋਸਟਿਊਮ, ਲੋਕੇਸ਼ਨਾਂ, ਸੈੱਟ, ਚੀਜ਼ਾਂ ਪੁਰਾਣੇ ਦੌਰ ਦੀਆਂ। ਉਮਰਾਓ ਜਾਣੇ ਦਾ ਤੁਹਾਨੂੰ ਪਤਾ ਪਾਕਿਸਤਾਨ ਦੀ ਬਹੁਤ ਵਧੀਆ ਫਿਲਮ ਰਹੀ, ਹਿੰਦੁਸਤਾਨ 'ਚ ਵੀ ਬਣੀ, ਹੈਂ ਇੱਧਰ ਵੀ ਬਣ ਰਹੀ ਹੈ। ਆਏ ਦਿਨ ਤੁਸੀਂ ਵੇਖਦੇ ਹੋ ਯੂਟਿਊਬ ਦੇ ਉੱਤੇ ਵੀਡੀਓ ਆਈਆਂ ਹੁੰਦੀਆਂ ਨੇ ਉੱਥੋਂ ਦੀਆਂ ਸਾਰੀਆਂ ਸ਼ੂਟਿੰਗ ਦੀਆਂ। ਅੱਛਾ ਜੀ, ਉਹ ਬਣਾ ਰਹੀ, ਇਹਨੀ ਯਾਨੀ ਕਿ ਦੋਨੋਂ ਸੀਰੀਅਲ ਉਹਨੂੰ ਬਣਾਏ ਤੇ ਵੱਖਰੇ ਡਗਰ ਤੋਂ ਹਟ ਕੇ, ਜਿਹੜੇ ਉਹ ਸਾਸ ਬਹੂ ਤੇ ਉਹ ਆਪਣਾ ਜਿਹੜੇ ਕੋਲ ਸੱਸਾਂ ਨਨਾਨਾ ਦੀਆਂ ਲੜਾਈਆਂ, ਦਿਓਰ ਭਰਜਾਈਆਂ ਦੇ ਇਸ਼ਕ ਮਸ਼ੂਕੀਆਂ, ਇਹੋ ਜਿਹੇ ਗੰਦੇ ਮੌਜੂ ਆ ਜਿਹੜੇ ਚੱਲ ਰਹੇ ਨੇ, ਇਹਨਾਂ ਤੋਂ ਹਟ ਕੇ ਉਹ ਇਹ ਦੋ ਚੀਜ਼ਾਂ ਸਾਹਮਣੇ ਲਿਆਏ, ਕਰਾਚੀਓਂ ਛੱਡ ਕੇ ਲਾਹੌਰ ਵਿੱਚ ਆਏ। ਕੱਲ੍ਹ ਨੂੰ ਧਿਆਨ ਨਾਲ ਸਮਝ ਰਹੇ ਹੋ ਨਾ, ਜਿਹੜਾ ਕਿ ਗਾੜੇ ਡਰਾਮਿਆਂ ਦਾ ਕਰਾਚੀ ਛੱਡ ਕੇ ਲਾਹੌਰ ਕਿਉਂ ਆਏ, ਉਹਨਾਂ ਕੋਲ ਜਦੋਂ ਇੱਕ ਇੰਟਰਵਿਊ ਲਿਆ ਗਿਆ ਨਾ, ਤਾਂ ਉਹਦੇ 'ਚ ਉਹਨਾਂ ਨੇ ਗੱਲ ਕੀਤੀ ਜਿਹੜੀ ਕਿ ਮੈਨੂੰ ਇੰਤਹਾਈ ਉਹਨਾਂ ਦੀ ਪਸੰਦ ਆਈ, ਜਿਹਦੇ 'ਤੇ ਅਸੀਂ ਵੀ ਕੰਮ ਕਰ ਰਹੇ ਹਾਂ, ਤਾਂ ਮੈਂ ਵੀਡੀਓ ਸੱਚ ਬਣਾਈ। ਮੈਨੂੰ ਪਤਾ ਕਿ ਮੇਰੇ ਤੋਂ ਪਹਿਲੇ ਇਸ ਉਹਨਾਂ ਦੇ ਬਿਆਨ 'ਤੇ ਕਿਸੇ ਨੇ ਗੱਲ ਨਹੀਂ ਕੀਤੀ ਅੱਜ ਦੀ ਕੱਲ੍ਹ, ਲੇਕਿਨ ਉਮੀਦ ਕਰਾਂਗਾ ਕਿ ਤੁਸੀਂ ਇਹ ਮੇਰੀ ਗੱਲ ਸੁਣ ਕੇ ਤਾਂ ਉਹਨਾਂ ਨੂੰ ਸਰਾਹੋਗੇ ਜ਼ਰੂਰ, ਉਹਨਾਂ ਦੀ ਹੌਸਲਾ ਅਫਜ਼ਾਈ ਕਰੋਗੇ, ਸਲਾਮ ਪੇਸ਼ ਕਰੋਗੇ ਕਿ ਉਹਨਾਂ ਸਟੈਪ ਲਿਆ। ਉਹਨਾਂ ਨੇ ਕੀ ਆਖਿਆ, ਉਹਨੇ ਕਿਹਾ ਮੈਂ ਜਦੋਂ ਪੁੱਛਿਆ ਗਿਆ ਕਿ ਤੁਸੀਂ ਕਰਾਚੀ 'ਚ ਵੱਡੇ ਸ਼ਹਿਰ ਨੂੰ ਛੱਡ ਕੇ ਰਹਿੰਦੇ ਵੀ ਤੁਸੀਂ ਉੱਥੇ ਹੋ, ਵਡੇਰੇ ਹੋ ਗਏ ਹੋ, ਇਸ ਉਮਰ 'ਚ ਤੁਸੀਂ ਇੰਨਾ ਟਰੈਵਲ ਕਰਦੇ ਹੋ, ਇੰਨੀ ਮਿਹਨਤ ਮੁਸ਼ਕਤ ਕਰਦੇ, ਇੱਥੇ ਆ ਕੇ ਇਹ ਸਾਰਾ ਕੁਝ ਕਰ ਰਹੇ ਹੋ, ਕਿਉਂ ਕਰ ਰਹੇ ਹੋ? ਜਿਹੜਾ ਉਹਨਾਂ ਜਵਾਬ ਦਿੱਤਾ ਨਾ, ਉਹਨੇ ਮੇਰਾ ਅੰਦਰ ਤੱਕ ਮੈਨੂੰ ਰਾਜ਼ੀ ਕਰ ਦਿੱਤਾ, ਖੁਸ਼ ਹੋ ਗਿਆ ਮੇਰਾ ਦਿਲ। ਉਹਨਾਂ ਵਾਲਾ ਕੀ ਆਖਿਆ, ਉਹਨੇ ਕਿਹਾ ਮੈਂ ਇਸ ਵਾਸਤੇ ਉੱਥੋਂ ਆਉਂਦੀ ਹਾਂ, ਉੱਥੇ ਤਾਂ ਕੰਮ ਅੱਗੇ ਬਹੁਤ ਹੋ ਰਿਹਾ, ਕਰਾਚੀ ਲਾਹੌਰ ਦੀ ਇੰਡਸਟਰੀ ਇਸ ਵੇਲੇ ਡੁੱਬੀ ਪਈ ਹੈ, ਡੁੱਬ ਗਿਆ ਸਾਰਾ ਕੁਝ, ਖਤਮ ਹੋ ਗਿਆ। ਇਹਦੇ ਟੈਕਨੀਸ਼ੀਅਨ ਜਿਨ੍ਹਾਂ ਨਾਲ ਮੈਂ 40 ਸਾਲ ਲਾਹੌਰ ਵਿੱਚ ਕੰਮ ਕੀਤਾ, ਲਾਹੌਰ ਦੀ ਫਿਲਮ ਇੰਡਸਟਰੀ ਵਿੱਚ 40 ਸਾਲ ਕੰਮ ਕੀਤਾ ਬਤੌਰ ਹੀਰੋਇਨ, ਬਤੌਰ ਡਾਇਰੈਕਟਰ, ਇਹ ਜਿਹੜੇ ਟੈਕਨੀਸ਼ੀਅਨ ਨੇ, ਐਕਸਟਰਾ ਲੋਕ ਨੇ, ਫਨਕਾਰ ਨੇ, ਜਿਹੜੇ ਇਸ ਵੇਲੇ ਮਹਿੰਗਾਈ ਦੇ ਦੌਰ ਵਿੱਚ ਮਰਦੇ ਬਿੱਲ ਨਹੀਂ ਦਿੱਤੇ ਜਾਂਦੇ, ਘਰ ਦੇ ਨਿਜ਼ਾਮ ਨਹੀਂ ਚੱਲਦੇ, ਮੰਗਣ ਤੱਕ ਲੋਕ ਮਜਬੂਰ ਹੋ ਗਏ ਨੇ, ਮੈਂ ਇਸ ਵਾਸਤੇ ਛੱਡ ਕੇ ਆਈ ਹਾਂ ਤਾਂ ਕਿ ਕਰਾਚੀ 'ਤੇ ਕੰਮ ਬਹੁਤ ਹੋ ਰਿਹਾ ਨਾ, ਉੱਥੇ ਲੋਕ ਸੁਖੀ ਨੇ, ਲੇਕਿਨ ਇੱਥੋਂ ਦੇ ਜਿਨ੍ਹਾਂ ਨਾਲ ਮੈਂ 40-45 ਸਾਲ ਗੁਜ਼ਾਰੇ, ਉਹ ਐਕਸਟਰਾ ਟੈਕਨੀਸ਼ੀਅਨ ਲੋਕ ਜਿਹੜੇ ਨੇ, ਉਹ ਇਸ ਵੇਲੇ ਉਹਨਾਂ ਨੂੰ ਕੰਮ ਦੀ ਲੋੜ ਹੈ, ਅਤੇ ਮੈਂ ਉਹਨਾਂ ਵਾਸਤੇ ਆਉਂਦੀ ਹਾਂ, ਉਹਨਾਂ ਤਾਂ ਕਿ ਉਹਨਾਂ ਨੂੰ ਕੰਮ ਮਿਲੇ, ਉਹਨਾਂ ਨੂੰ ਰੋਟੀ ਲੱਭੇ, ਉਹਨਾਂ ਦੇ ਬੱਚਿਆਂ ਨੂੰ। ਮੈਂ ਸਿਰਫ ਉੱਥੋਂ ਤਾਂ ਛੱਡ ਕੇ ਇੱਥੇ ਆ ਕੇ ਤਾਂ ਦੋਨੋਂ ਡਰਾਮੇ, ਦੋਨੇ ਸੀਰੀਅਲ ਜਿਹੜੇ ਵੈਬ ਸੀਰੀਜ਼ ਕਰ ਰਹੀ। ਬਰਸੋਂ 40 ਸਾਲ ਪੁਰਾਣੇ ਟੈਕਨੀਸ਼ੀਅਨ ਜੋ ਮੇਰੇ ਸਾਥ ਕੰਮ ਕਰਤੇ ਰਹੇ, ਆਜ ਉਨਕੇ ਪਾਸ ਕੰਮ ਨਹੀਂ ਹੈ, ਤੋ ਸਿਰਫ ਉਨਕੇ ਲਈ ਆਤੇ ਹੋ। ਹੁਣ ਆਪਣੀ ਇਮਾਨਦਾਰੀ ਨਾਲ ਸੁਣਾ, ਇਹ ਛੋਟੀ ਗੱਲ ਹੈ, ਉਹ ਕਿਸੇ ਦੇ ਬਾਰੇ ਸੋਚਣਾ ਯਾਰ, ਮਾੜੇ ਬੰਦੇ ਵਾਸਤੇ ਸੋਚਣਾ, ਅੱਜ ਕੌਣ ਸੋਚਦਾ, ਫਿਰ ਕੌਣ ਇਹਨਾਂ ਕਰਦਾ ਯਾਰ ਇਸ ਉਮਰ ਵਿੱਚ ਆ ਕੇ, ਲੇਕਿਨ ਉਹ ਕਰ ਰਹੀਆਂ ਨੇ। ਅੱਲਾਹ ਪਾਕ ਉਹਨਾਂ ਨੂੰ ਜਜ਼ਾਏ ਖੈਰ ਦੇ। ਕਿਸੇ ਦੇ ਘਰ ਦੇ ਬਾਰੇ ਸੋਚਣਾ, ਕਿਸੇ ਦੇ ਰਿਜ਼ਕ ਦੇ ਬਾਰੇ ਸੋਚਣਾ, ਸਮਝ ਆਈ ਕਿ ਨਹੀਂ? ਇਹ ਮੇਰੇ ਰੱਬ ਸੋਹਣੇ ਦੀ ਸੁਨਤ ਹੈ, ਅਤੇ ਉਹਦੀ ਸੁਨਤ 'ਤੇ ਜਿਹੜਾ ਅਮਲ ਕਰੇਗਾ, ਰੱਬ ਉਹਦੇ 'ਤੇ ਆਪੇ ਹੀ ਰਹਿਮਤਾਂ ਕਰੇਗਾ, ਮੇਰਾ ਕਰੇਗਾ। ਅੱਲਾਹ ਪਾਕ ਉਹਨਾਂ ਨੂੰ ਤੰਦਰੁਸਤੀ, ਸਿਹਤ ਦੇ ਅਤੇ ਲੰਮੀ ਉਮਰ ਦੇ ਮੈਡਮ ਹੋਰਾਂ, ਇਹ ਬਹੁਤ ਵੱਡੀ ਗੱਲ ਹੈ ਸਾਡੇ ਲਾਹੌਰ ਦੇ ਫਨਕਾਰਾਂ ਵਾਸਤੇ, ਖੁਸ਼ ਆਇੰਦ ਗੱਲ ਹੈ। ਇਹਦੇ ਉੱਤੇ ਹੋਰ ਲੋਕਾਂ ਨੂੰ ਵੀ ਕੰਮ ਕਰਨਾ ਚਾਹੀਦਾ, ਠੀਕ। ਅੱਛਾ, ਉਹਦੇ ਇਸ ਉਮਰ ਵਿੱਚ ਆ ਕੇ ਉਹ ਇੰਨੇ ਆਪਣੇ ਫਨਕਾਰਾਂ ਦੇ ਬਾਰੇ ਸੋਚਦੇ ਜਿਨ੍ਹਾਂ ਨਾਲ ਕੰਮ ਕੀਤਾ ਉਹਨਾਂ ਨੇ। ਇੱਕ ਸਾਡੇ ਪਾਕਿਸਤਾਨ ਫਿਲਮ ਇੰਡਸਟਰੀ ਸ਼ਾਨ ਨੇ, ਸ਼ਾਨ ਭਾਈ ਨੇ, ਮੇਰੇ ਫੇਵਰੇਟ ਨੇ ਰਾਈ ਸਾਹਿਬ ਤੋਂ ਬਾਅਦ ਉਹਨਾਂ ਨੂੰ ਮੈਂ ਬਹੁਤ ਕਮਾਲ ਉਹਨਾਂ ਦੀਆਂ ਫਿਲਮਾਂ ਸੀ, ਸਿਨੇਮੇ ਜਾ ਕੇ ਬੜੀਆਂ ਵੇਖੀਆਂ, ਠੀਕ ਹੈ।
ਲੇਕਿਨ ਯਕੀਨ ਮੰਨੋ ਕਦੀ ਇਹੋ ਜਿਹਾ ਦਿਲ ਇਹੋ ਜਿਹਾ ਉਹਨਾਂ ਦੇ ਦਿਲ ਵਿੱਚ ਦਰਦ ਜਿਹੜਾ ਆਪਣੇ ਟੈਕਨੀਸ਼ੀਅਨ ਦੇ ਬਾਰੇ ਆਪਣੇ ਐਕਸਟਰਾ ਫਨਕਾਰਾਂ ਦੇ ਬਾਰੇ ਉਹਨਾਂ ਦੇ ਦਿਲ ਵਿੱਚ ਵੀ ਆ ਜਾਏ ਨਾ ਤੇ ਅੱਜ ਵੀ ਸਾਡੀ ਇੰਡਸਟਰੀ ਜਿਹੜੀ ਦੁਬਾਰਾ ਬਹਾਲ ਹੋ ਸਕਦੀ। ਅੱਜ ਵੀ ਸ਼ਾਨ ਸਾਹਿਬ ਕਮਬੈਕ ਕਰਨ, ਯਕੀਨ ਮੰਨੋ ਕਈ ਫਿਲਮਾਂ ਦਹਾਕਿਆਂ ਦੇ ਹਿਸਾਬ ਨਾਲ ਕਈ ਫਿਲਮਾਂ ਦੁਬਾਰਾ ਸ਼ੁਰੂ ਹੋ ਸਕਦੀਆਂ, ਲੋਕਾਂ ਨੂੰ ਰੋਜ਼ਗਾਰ ਮਿਲ ਸਕਦਾ। ਲੇਕਿਨ ਇਹ ਸ਼ਾਨ ਸਾਹਿਬ ਬਜ਼ਿੱਦ ਨੇ, ਉਹਨਾਂ ਨੂੰ ਇਹਨਾਂ ਲੋਕਾਂ ਦਾ ਖਿਆਲ ਹੀ ਨਹੀਂ, ਦਰਦ ਹੀ ਨਹੀਂ, ਜਿਹਨਾਂ ਲੋਕਾਂ ਨਾਲ ਉਹਨੇ 20-25-30 ਸਾਲ ਕੰਮ ਕੀਤਾ। ਸ਼ਾਨ ਸਾਹਿਬ ਤੁਸੀਂ ਵੀ ਥੋੜ੍ਹਾ ਜਿੰਨਾ ਮੈਡਮ ਸੰਗੀਤਾ ਕੋਲੋਂ ਸਿੱਖ ਲਓ, ਕੋ ਦਰਦ ਲੈ ਲਓ ਯਾਰ ਉਹਨਾਂ ਕੋਲੋਂ। ਹੈਂ, ਚਲੋ ਜੀ, ਦੁਆ ਹੈ ਜੀ ਅੱਲਾ ਮੈਡਮ ਸੰਗੀਤਾ 'ਤੇ ਆਪਣੀ ਰਹਿਮਤਾਂ ਕਰੇ, ਅਤੇ ਜਿੰਨੇ ਵੀ ਮਾੜੇ ਲਿੱਸੇ ਲੋਕ ਨੇ ਅੱਲਾ ਪਾਕ ਉਹਨਾਂ ਦੀ ਗੈਬੀ ਮਦਦ ਫਰਮਾਏ। ਇਸ ਤਰ੍ਹਾਂ ਹੀ ਹੁੰਦੀ ਹੈ ਨਾ ਫਿਰ, ਹਾਂਜੀ, ਜਿਹੜੇ ਜਿਹੜੇ ਵੀ ਸ਼ੋਭੇ ਨਾਲ ਕੋਈ ਬੰਦਾ ਮੁਨਸਲਿਕ, ਇਸ ਤਰ੍ਹਾਂ ਹੀ ਅੱਲਾ ਪਾਕ ਉਹਨਾਂ ਦੀ ਗੈਬੀ ਮਦਦ ਕਰਦਾ। ਮੈਨੂੰ ਤਾਂ ਇਹ ਬਿਆਨ ਮੈਡਮ ਉਹਨਾਂ ਦਾ ਬਹੁਤ ਵਧੀਆ ਲੱਗਾ। ਤੁਹਾਡੀ ਇਹਦੇ ਬਾਰੇ ਰਾਏ ਕੀ ਦੱਸਿਓ ਜ਼ਰੂਰ।